फेसबुक ते 25 लाख की ठगी मारी एक रमनप्रीत सिंह पटियाले तो वो साढ़े नाल जुड़े हुए ने आपां गलबात करते हैं भी उन्होंने किवें ठगी मारी आ ते वो ठगी जिहड़ी मारी आ वो यूएसए का कह के मारी भी असीं यूएसए तो बोलते हैं भी थोनू इस तरह ये चीज़ां थोनू मिल जाएगा। आपां स्टार्टिंग गल करते हैं। सत श्री अकाल भाजी, पहला तो सानू बहुत दुख लगे भी थोड़े ना जिहड़ी ठगी मारी हैगी आ किसी भी बंदे नाल नहीं वजनी चाहिए। असीं थोनू प्रोग्राम दे विच इसे लई लैके आए हैं ताकि जे कोई बंदा सोचता भी है तो इस चीज़ तो बच सके। भाजी थोड़ी जिहड़ी तुसीं जिवें कहा भी 25 लाख की ठगी वज गई, तो कदों वजी है ठगी यह, तो किवें वजी है थोड़ा जिहा स्टार्टिंग तो लैके तुसीं दसना चाहो साडे दर्शकां नूं। सर ये ना 2023 दे विच इन्हां ने स्टार्टिंग जनवरी दे महीने इन्हां ने मैनूं ना जिवें फ्रेंड रिक्वेस्ट भेजी जी फेसबुक जी, मैं वो फ्रेंड रिक्वेस्ट इन्हां दी अलाउ कर ली जी। बस उस तो बाद इन्हां ने मैनूं कहा कि तुसीं की कम करदे हो, मैं इन्हां दस्सिया कि मैं एवें कम करदा, कहिंदे तुसीं ना भी तुहाडे इत्थे जो प्रोफाइल तुसीं करना चाहोगे कम, मैं कहा हाँ जी मैं करना चाहांगा जी। ये कहिंदे जी ठीक है, असीं ना तुहानूं इक चीज़ दसदे आ, तुसीं इस बिजनेस दे विच भी पैसा लगाओ ते तुहाडा बहुत फायदेमंद होएगा, असीं कल नूं तुहानूं जॉब दे विच इत्थे तुहानूं बुला भी सकदे आ जी। जी ते जिहड़ी गल मैं कहा चलो कोई गल जी जी, ते जिहड़ी तुहानूं फ्रेंड रिक्वेस्ट आई सी ओह किस जी, जिहड़ी फ्रेंड रिक्वेस्ट आई सी ओह बंदे दी सी के कोई औरत सीगी? औरत दी सीगी जी। इक जी, ते जदों फ्रेंड रिक्वेस्ट आई ते फिर तुसीं किन्ना क चिर उन्हां ने गलबात करन दा की तरीका सी उन्हां दा? गलबात तां देखो जी जिवें नॉर्मल असीं करदे आं गल्लां ओवें उन्हां ने मैनूं हैलो हाउ आर यू इह जी गल्लां पुछियां, बस उस तों बाद इह कहिंदे तुसीं तुहाडा की कम है, मैं कहा जी मैं तां इह आपणा आरा मशीन दा कम करदा जी जी। ਇਹਨਾਂ ਨੇ ਫਿਰ ਮੈਨੂੰ ਪੁੱਛਿਆ ਕਹਿੰਦੇ ਤੁਹਾਡੇ ਸਾਡੇ ਇੱਥੇ ਵੀ ਲੱਕੜੀ ਦਾ ਕੰਮ ਬਹੁਤ ਹੈ, ਵੀ ਇੱਥੇ ਜੋਬ ਪ੍ਰੋਫਾਈਲ ਅੱਛੀ ਹੈ, ਤੁਸੀਂ ਕੰਮ ਕਰਨਾ ਚਾਹੋਗੇ ਜੀ? ਉਸੇ ਮੈਂ ਆ ਗਿਆ, ਮੈਂ ਕਿਹਾ ਹਾਂਜੀ ਕੋਈ ਨਹੀਂ ਮੈਂ ਜ਼ਰੂਰ ਕਰਨਾ ਚਾਹਾਂਗਾ ਜੀ। ਇਹ ਕਹਿੰਦੇ ਤੁਹਾਨੂੰ ਇੱਕ ਅਸੀਂ ਚੀਜ਼ ਦੱਸਦੇ ਹਾਂ, ਇਹਦੇ ਵਿੱਚ ਨਾ ਤੁਹਾਡਾ ਬਿਜ਼ਨਸ ਨਾਲ ਨਾਲ ਸ਼ੁਰੂ ਕਰੋ, ਥੋੜ੍ਹਾ ਜਿਹਾ ਤੁਸੀਂ ਅਪ ਡਾਊਨ 'ਚ ਤੁਸੀਂ ਪੇਮੈਂਟ ਜ਼ਿਆਦਾ ਕਮਾਓਗੇ ਨਾ ਜੀ, ਤਾਂ ਤੁਸੀਂ ਇੱਥੇ ਆ ਸਕਦੇ ਹੋ, ਅਤੇ ਅਸੀਂ ਮੈਂ ਤੁਹਾਨੂੰ ਇੱਥੇ ਉਹ ਭੇਜ ਦਈਏ, ਇਹਨਾਂ ਨੇ ਕੋਈ ਕੰਪਨੀ ਦਾ ਨਾਮ ਭੇਜਿਆ, ਅਤੇ ਇਹ ਕਹਿੰਦੇ ਵੀ ਤੁਹਾਨੂੰ ਇੱਥੇ ਅਸੀਂ ਜੋਬ ਦਵਾਵਾਂਗੇ ਜੀ। ਮੈਂ ਕਿਹਾ ਜੀ ਠੀਕ ਹੈ ਜੀ। ਇਹਨਾਂ ਨੇ ਮੇਰੇ ਤੋਂ ਫਿਰ ਸਟਾਰਟਿੰਗ ਇਹਨਾਂ ਨੇ ਮੈਨੂੰ ਕਹਿੰਦੇ ਤੁਸੀਂ ਬਿਟਕੋਇਨ ਦੇ ਵਿੱਚ ਤੁਸੀਂ ਪੇਮੈਂਟ ਲਗਾਓ ਜੀ, ਕ੍ਰਿਪਟੋ ਜਾਣਦੇ ਹੋ? ਮੈਂ ਕਿਹਾ ਜੀ ਮੈਂ ਕ੍ਰਿਪਟੋ ਨਹੀਂ ਜਾਣਦਾ, ਮੈਨੂੰ ਆਉਂਦਾ ਨਹੀਂ ਕੁਛ, ਇਹਦੇ ਬਾਰੇ ਪਤਾ ਨਹੀਂ ਹੈ। ਕਹਿੰਦੇ ਅਸੀਂ ਤੁਹਾਨੂੰ ਸਾਰਾ ਕੁਛ ਸਿਖਾਵਾਂਗੇ ਜੀ। ਇਹਨਾਂ ਨੇ ਜੀ ਮੈਨੂੰ ਵਟਸਐਪ ਤੇ ਆਪਣੇ ਮੋਬਾਈਲ ਨੰਬਰ ਤੋਂ ਮੈਨੂੰ ਮੈਸੇਜ ਭੇਜਿਆ, ਫਿਰ ਨਾਲ ਨਾਲ ਇਹਨਾਂ ਨੇ ਜੁਆਇਨ ਕਰਵਾਤੀ, ਅਕਾਊਂਟ ਬਣਵਾਇਆ ਜੀ ਮੇਰਾ, ਕਿਉਂਕਿ ਮੈਨੂੰ ਇੰਗਲਿਸ਼ ਆਉਂਦੀ ਨਹੀਂ ਜੀ, ਇਹਨਾਂ ਨੇ ਇੰਗਲਿਸ਼ 'ਚ ਲਿਖਦੇ ਸੀਗੇ ਤੇ ਮੈਂ ਟਰਾਂਸਲੇਟ ਕਰਕੇ ਇਹਨਾਂ ਨੂੰ ਮੈਂ ਜਵਾਬ ਦਿੰਦਾ ਸੀਗਾ ਇੰਗਲਿਸ਼ 'ਚ। ਠੀਕ ਹੈ ਭਾਜੀ, ਚਲੋ ਲਾਲਚ ਹੁੰਦਾ ਆਪਣੇ ਨੂੰ, ਕਿਸੇ ਨੂੰ ਵੀ ਹੁੰਦਾ ਵੀ ਚਲੋ ਬਾਹਰੋਂ ਕਿਸੇ ਦੀ ਰਿਕੁਐਸਟ ਆਈ ਆ ਵੀ ਚਾਰ ਪੈਸੇ ਚਲੋ ਬਾਹਰੋਂ ਚੰਗੇ ਬਣ ਜਾਂਦੇ ਹੈਗੇ ਆ, ਕੀ ਪਤਾ ਲੱਗਦਾ ਵੀ ਚਲੋ ਆਪਾਂ ਨੂੰ ਬਾਹਰ ਵੀ ਲੈ ਜਾਣ। ਭਾਜੀ ਜਿਵੇਂ ਹੁਣ ਇਹਨਾਂ ਨੇ ਤੁਹਾਨੂੰ ਕ੍ਰਿਪਟੋ ਕਰੰਸੀ ਦੇ ਵਿੱਚ ਕਿਹਾ, ਤਾਂ ਕਿਤੇ ਨਾ ਕਿਤੇ ਇਹ ਜਿਹੜਾ ਟਾਰਗੇਟ ਤੁਹਾਨੂੰ ਕਿਸੇ ਹੋਰ ਆਈਡੀਆਂ ਨੇ ਵੀ ਕੀਤਾ ਸੀ ਕਿ ਨਹੀਂ ਕੀਤਾ ਸੀ? ਅਤੇ ਦੂਜਾ ਕੁਐਸਚਨ ਇਹ ਆ ਵੀ ਜੇ ਤੁਸੀਂ ਇਹ ਗੱਲਬਾਤ ਹੋਈ ਸੀ ਤਾਂ ਇਹਨਾਂ ਨੇ ਤੁਹਾਨੂੰ ਇਹ ਕਿਹਾ ਵੀ ਤੁਸੀਂ ਕਿਸੇ ਨੂੰ ਦੱਸਣਾ ਨਹੀਂ ਗਾ, ਅਤੇ ਫਿਰ ਤੁਸੀਂ ਨਹੀਂ ਦੱਸਿਆ ਕਿਸੇ ਨੂੰ? ਨਹੀਂ ਜੀ, ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੋਈ ਜੀ, ਐਸਾ ਕੁਛ ਨਹੀਂ ਕਿਹਾ ਇਹਨਾਂ ਨੇ। ਅੱਛਾ ਜੀ, ਅਤੇ ਕਿੰਨਾ ਚਿਰ ਤੁਹਾਡੇ ਨਾਲ ਗੱਲ ਕਰਦੇ ਰਹੇ ਇਹ? ਇਹ ਤਾਂ ਦੇਖੋ ਜੀ ਪੂਰਾ ਸਾਲ ਚੱਲਦਾ ਰਿਹਾ ਹੈ, ਪੂਰਾ ਸਾਲ ਗੱਲ ਹੋਈ ਹੈ, ਇੱਕ ਸਾਲ ਪੂਰਾ 2024 ਦੇ ਐਂਡ ਤੱਕ। ਅੱਛਾ ਠੀਕ ਆ, ਪੂਰਾ ਇੱਕ ਸਾਲ ਤੁਹਾਡੇ ਨਾਲ ਗੱਲ ਕਰਦੇ। ਪੈਸੇ ਤੁਸੀਂ ਕਦੋਂ ਪਾਏ ਫਿਰ? ਪੈਸੇ ਜਨਵਰੀ ਤੋਂ ਸਟਾਰਟ ਜੀ, ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਪਹਿਲਾਂ $50 ਤੋਂ ਸ਼ੁਰੂਆਤ ਕਰੋ। ਠੀਕ ਹੈ, ਅਤੇ ਜਦੋਂ ਪੈਸੇ ਤੁਸੀਂ $50 ਪੈਸੇ ਜਦੋਂ ਪਹਿਲੇ ਪੈਸੇ ਪਾਏ ਸੀ ਉਹ ਕਿੰਨੇ ਪੈਸੇ ਪਾਏ ਸੀ? $50 ਪਾਏ ਸੀਗੇ ਜੀ, 4500 ਰੁਪਇਆ। ਪਹਿਲੇ ਦਿਨ ਹੀ ਪਤਾ ਸੀ ਜਾਂ ਮਹੀਨੇ ਬਾਅਦ ਪਾਇਆ ਸੀ? ਨਹੀਂ, ਦੋ ਤਿੰਨ ਦਿਨ ਅਕਾਊਂਟ ਇਹਨਾਂ ਨੇ ਬਣਵਾਇਆ ਜੀ, ਜਿਵੇਂ ਦੋ ਦਿਨਾਂ 'ਚ ਮੇਰਾ ਅਕਾਊਂਟ ਬਣਿਆ। ਅੱਛਾ, ਉਹ ਨੈਕਸਟ ਡੇ ਮੈਨੇ ਚੇਜ਼ਿੰਗ ਕੀਤੀ ਜੀ ਫਿਰ। ਠੀਕ ਹੈ, ਤੇ ਉਹ ਲਗਾਤਾਰ ਫਿਰ ਕਿੰਨੇ ਤੁਸੀਂ ਹਰ ਮਹੀਨੇ ਪਾਉਂਦੇ ਰਹੇ? ਇਹ ਜੀ ਹੌਲੀ ਹੌਲੀ ਜਿਵੇਂ $50 ਜਮ੍ਹਾਂ ਕਰਾਏ ਜੀ ਇਹਨਾਂ ਨੇ, ਨੈਕਸਟ ਡੇ ਮੈਨੂੰ 48 ਘੰਟਿਆਂ ਦਾ ਟਾਈਮ ਦਿੱਤਾ ਜੀ, 24 ਘੰਟਿਆਂ ਦੇ ਵਿੱਚ ਇਹਨਾਂ ਨੇ $3.5 ਮੈਨੂੰ ਬੈਕ ਦਿੱਤੇ ਵਾਪਿਸ। ਅੱਛਾ, $3.5। ਹਾਂਜੀ ਠੀਕ ਹੈ, ਉਹ ਅਕਾਊਂਟ ਦੇ ਵਿੱਚ ਪੇਮੈਂਟ ਸ਼ੋ ਹੋਈ ਜੀ $53। ਠੀਕ ਹੈ, ਇਹਨਾਂ ਨੇ ਫਿਰ ਮੈਨੂੰ ਇਹ ਚੀਜ਼ ਸਿਖਾਈ ਐਵੇਂ ਸਕਰੀਨਸ਼ਾਟ ਭੇਜ ਭੇਜ ਕੇ ਕਿ ਤੁਸੀਂ ਇਸ ਬਟਨ ਤੇ ਕਲਿੱਕ ਕਰੋ, ਐਵੇਂ ਕਲਿੱਕ ਕਰੋ। ਠੀਕ ਹੈ, ਮੈਂ ਉਸ ਤੇ ਕਰਦਾ ਕਿ $50 ਵਾਪਸ ਮੇਰੇ ਅਕਾਊਂਟ 'ਚ ਆ ਗਏ। ਠੀਕ ਹੈ, ਤੁਸੀਂ ਪਾਏ 40 ਸੀ ਤੇ ਆ 50 ਗਏ? 50 ਹੀ ਪਾਏ ਸੀਗੇ ਜੀ, $53.50 ਮਿਲੇ ਮੈਨੂੰ। ਅੱਛਾ, $3 ਤੁਹਾਨੂੰ ਪਲੱਸ ਦੇ ਵਿੱਚ ਮਿਲ ਗਏ, ਤੁਸੀਂ ਤਾਂ ਬੜੇ ਖੁਸ਼ ਹੋ ਗਏ ਹੋਵੋਗੇ ਵੀ ਆ ਤਾਂ ਭਾਈ ਹੁਣ $3 ਕਮਾ ਲਏ, ਤੇ ਬੜੀ ਖੁਸ਼ੀ ਦੀ ਗੱਲ ਆ, ਘਰਦਿਆਂ ਨੂੰ ਦੱਸਿਆ ਹੋਣਾ ਤੁਸੀਂ ਬਿਜ਼ਨਸ ਚਲੋ ਕੰਮ ਇੱਕ ਕਰ ਲਿਆ ਜੀ। ਠੀਕ ਹੈ, ਤੇ ਉਦੋਂ ਬਾਅਦ ਫਿਰ ਅਗਲੀ ਪੇਮੈਂਟ ਇਹਨਾਂ ਨੇ ਕਿੰਨੀ ਕਹੀ ਵੀ ਇੰਨੀ ਪਾ ਦਿਓ? ਅਗਲੇ ਪੇਮੈਂਟ ਨਾਲ ਦੀ ਨਾਲ ਅਗਲੇ ਦਿਨ ਨੇ ਜੀ ਫਿਰ ਮੈਨੇ $50 ਵਾਪਸ ਉਹੀ ਟ੍ਰਾਂਸਫਰ ਕਰਵਾਤੇ ਜੀ। ਠੀਕ ਹੈ, ਤੇ ਇਹਨਾਂ ਨੇ ਮੈਨੂੰ ਕਿਹਾ ਕਿ ਤੂੰ $100 ਪਾ, ਮੈਂ $50 ਤੋਂ ਹੀ ਸ਼ੁਰੂਆਤ ਕੀਤੀ, ਮੈਂ ਕਿਹਾ ਮੈਨੂੰ ਆਉਂਦਾ ਨਹੀਂ ਅਜੇ, ਮੈਂ $50 ਹੀ ਪਾਵਾਂ। ਠੀਕ ਹੈ ਜੀ, ਤੇ ਫਿਰ ਉਦੋਂ ਬਾਅਦ ਜਦੋਂ $50 ਪਾਏ ਫਿਰ ਇਹ ਪ੍ਰੋਸੈਸ ਕਿੰਨਾ ਵਾਧਾ ਕਿਵੇਂ ਗਿਆ? ਜਿਵੇਂ ਤੁਸੀਂ ਕਿਹਾ ਵੀ 25 ਲੱਖ ਤਾਂ ਫਿਰ ਵੈਸੇ ਬਹੁਤ ਜ਼ਿਆਦਾ ਹੁੰਦਾ ਹੈ,
जे 25 लाख का कहा जाए तो 30,000 डॉलर हो गया, फिर 30,000 डॉलर तक पहुंचदे किवें लै गए? पूरा साल का मैं 30,000 डॉलर जिम्मे मान लो ना 50 डॉलर पाए जी, फिर 50 होर पाते, ठीक है, और 3.5 डॉलर ना अकाउंट ਦੇ ਵਿੱਚ ਵੱਧੇ, ਠੀਕ ਹੈ ਠੀਕ ਹੈ ਜੀ। 100 ਡਾਲਰ ਹੋਇਆ ਜੀ ਇਹਨਾਂ ਨੇ ਮੈਨੂੰ ਨਾਲ ਹੀ ਇਹਨਾਂ ਨੇ ਫਿਰ ਕਿਹਾ ਕਿ ਤੁਸੀਂ ਨਾ ਹੁਣ ਥੋੜੀ ਸੀ ਨਾ ਬੇਸਿਕ ਪਲਾਨ ਤੋਂ ਥੋੜਾ ਪ੍ਰੀਮੀਅਮ ਪਲਾਨ ਤੇ ਆਓ, ਠੀਕ ਹੈ। ਤੇ ਮੈਂ ਕਿਹਾ ਜੀ ਮੈਨੇ ਇਹਨਾਂ ਨੇ ਨਾ ਉਹਨਾਂ ਦੀ ਸਕੀਮ ਸੀਗੀ ਕਿ 100-50 ਤੋਂ ਲੈ ਕੇ 499 ਤੱਕ ਬੇਸਿਕ ਪਲਾਨ ਹੈ, 499 ਤੋਂ ਬਾਅਦ 1,000 ਡਾਲਰ ਤੱਕ ਹੈਗਾ ਜੀ ਇਹਨਾਂ ਦਾ ਪ੍ਰੀਮੀਅਮ ਪਲਾਨ, ਠੀਕ ਹੈ। ਉਹਦੇ ਵਿੱਚ ਫਿਰ ਇਹਨਾਂ ਨੂੰ ਫਿਰ ਮੈਨੇ ਨਾ ਇਹਨਾਂ ਨੇ 300 ਡਾਲਰ ਕਿਹਾ ਕਿ ਤੂੰ 300 ਡਾਲਰ ਪਾ ਜੀ। ਮੈਂ 300 ਡਾਲਰ ਪਾਇਆ ਜੀ, ਉਹ 300 ਡਾਲਰ ਨਾ ਜਿਵੇਂ ਪੇਮੈਂਟ ਤਾਂ ਟ੍ਰਾਂਸਫਰ ਹੋ ਗਈ ਪਰ ਉਹ वेबसाइटा बना के आप ही आपदे वॉलेट बना सकती है। सो जो भी साडा दर्शक सुन रहा थोनों दस देंगे भी जे अज ही मेरी किसी बंदे नाल गल हो रही सी इहदा भी असी स्पैम दसांगे भी ये कहिंदे भी साढ़े अकाउंट बन जाता वैबसाइट पर जाके इत्थे थोड़ा वॉलेट होगा पैसे आ जाएंगे। सो वॉलेट भी एक जाली हो सकते हैं। सो मैनू भी अं लगता भी जेडे ना तुसी गल कर रहे से उन्हों का भी जाली हो सकता। बिल्कुल जी। हाँ तो यह फिर तुसी पैसे जेडे 25 लाख दिता है साल दे विच पूरा किया? ਚੱਕਰ ਚ ਕਢਾਵਾਂ इस तरह ठगिया गया। वैसे भी जो आप इलाके दे विच रहने हुन्ने आ पैसे आप अगो पिछो फड़दे आ ते एक बड़े लोग बंदे नू उह करदे हैगे आ प्रभाव पाँदे भी भाई साढ़े दे पैसे बड़ी दुख की गल है भाजी। मैं तो कहना थोड़े पैसे वापस आ जाए किसी ना किसी तरीके ना। ते तुसी फिर कोशिश नहीं की पुलिस को जाने की जा किसी यहो जे बंदे को जिहड़ा थोड़े पैसे वापस दवा सकते? हाँ जी मैं गया जी साइबर सैल च भी जाके आया मैं इतने पटियाले अपने मैं कंप्लेट दर्ज कराई ना उस टाइम मेरे ना 3 लाख रुपए जमा हो स्टार्टिंग दे विच ही। ठीक है। मैं इन्हां कोल गया जी मैं कहा जी मेरी कंप्लेट नोट करो। इन्हां ने जी मैनू कंप्लेट दे नोट क्या करनी है कहते जी असं इंटरनेशनल कंप्लेट साढ़े कोई रिकॉर्ड ही नहीं है जी असं किवें नोट करिए कहते साढ़े सिस्टम च ही नहीं है। ठीक है। ये तो बड़ी माड़ी गल आ। एक मैं थोनू जो भी साढ़े दर्शक सुन रहे हैं भी जे थोनू कोई बहाना ला दिंदा भी भाई इंटरनेशनल रिपोर्ट नहीं हैगी ते आए तो फिर इंटरनेशनल ठगियां कोई भी मार सकता इंडिया दे विच चाइना तो भी मार सकता टिकटॉक बैन कराती सी। सो पुलिस नू ये जरूरी हुंदा जे इंटरनेशनल आ तो पहले आधार ते ये रिपोर्ट दर्ज करनी चाहिए है। बड़ी माड़ी हालत आ। जे कोई साडी कोई गलबात सुन रहा तो भाई इन्हां नू लाणता पाओ आ वीडियो नू शेयर करो। पुलिस जिहदे किसी ना कोई माड़ी गल हुंदी आ जां किसी दा साइबर अटैक हुंदा तां उहदी गल ही नहीं सुणदे। होर भी सानू कई बंदे मिले आ उह कहिंदे असीं थाने च जांदे आ तां थानेदार नू नहीं कुछ पता हुंदा। सो भाजी ये वाकई तुहाडी गल सही आ भी पुलिस वाले बिल्कुल ही नहीं सुणदे अणजाण बन जांदे आ पैसे खाण दी कोशिश करदे आ आने बहाने लाउंदे आ। ते एदा कोई सलूशन तुसी कोई डिस्ट्रिक्ट लैवल ते डीसी लैवल ते एप्लीकेशन नहीं दित्ती? सर एप्लीकेशन नहीं दित्ती सी कि मैं इस तो बाद ना मैं सोचा कि चलो साक्षी शानी इत्थे दी ओ है अगे डीसी है जी जी ते मैं उत्थे उना दे ना उना नु मिलन वास्ते फिर दोबारा गया। पहला एसएसपी कंप्लेंट लगाण ले गया उन्होंने तो रस्ता रात दिखाया नहीं कोई। फिर मैं डीसी दे उत्थे ऑफिस च गया जी उन्होंने अगे एक कैबन हुंदा ए डीसी दा। अच्छा जी। उन्होंने मैं स्पैशल उन्होंने मिलके भी आया जी अंदर उन्होंने कैबन च उन्होंने बैठ के गल कीती एवें करके मेरे नाल ਕੀ ਹੋਈ ਹੈ ਜੀ। ਉਹ ਕਹਿੰਦੇ ਕੋਈ ਗੱਲ ਨੀ ਜੀ
ਤੁਸੀਂ ਤੁਹਾਡੀ ਕੰਪਲੇਂਟ ਹੋ ਜਾਏਗੀ, ਤੁਸੀਂ ਬੇਫਿਕਰ ਰਹੋ, ਤੁਹਾਡੇ ਪੈਸੇ ਮੁੜਨਗੇ, ਤੁਸੀਂ ਜਾਓ ਜੀ ਉੱਥੇ ਸਾਈਬਰ ਦੇ ਵਿੱਚ ਗੱਲ ਕਰੋ, ਤੁਹਾਡਾ ਉਹੀ ਹੱਲ ਕਰ ਦੇਣਗੇ। ਠੀਕ ਹੈ, ਮੈਨੂੰ ਉਹਨੇ ਤੋਰ ਦਿੱਤਾ ਗਿਆ, ਮੈਂ ਫੇਰ ਸਾਈਬਰ ਸੈੱਲ ਚ ਫੇਰ ਦੁਬਾਰਾ ਇੱਕ ਵਾਰੀ ਫੇਰ 15 ਦਿਨ ਬਾਅਦ ਫਿਰ ਗੇੜਾ ਮਾਰਿਆ ਜੀ ਕਿ ਸਰ ਮੇਰੀ ਕੁਝ ਹੈਲਪ ਕਰੋ, ਵੀ ਐਵੇਂ ਪੈਸੇ ਮੇਰੇ ਡੁੱਬੇ ਹੋਏ ਆ ਉਹ ਨਿਕਲਵਾਓ। ਉਹ ਕਹਿੰਦੇ ਜੀ ਦੇਖੋ ਕਾਕਾ ਜੀ, ਪਹਿਲਾਂ ਤਾਂ ਸਿਸਟਮ ਦੇ ਵਿੱਚ ਨਾ ਸਾਡੇ ਕੋਲ ਸਿਰਫ ਇੰਡੀਆ ਦਾ ਹੀ ਅਸੀਂ ਕਰ ਸਕਦੇ ਹਾਂ, ਜਿਹੜੇ ਪੈਸੇ ਡੁੱਬਦੇ ਆ ਅਸੀਂ ਬਾਹਰ ਦੀ ਕੋਈ ਕੰਪਲੇਂਟ ਨੋਟ ਹੀ ਨਹੀਂ ਕਰ ਸਕਦੇ। ਭਾਜੀ ਮੈਂ ਤੁਹਾਨੂੰ ਇੱਕ ਚੀਜ਼ ਗੱਲ ਦੱਸਾਂ, USA ਦੇ ਵਿੱਚ ਬੈਠ ਕੇ ਕੋਈ ਵੀ ਠੱਗੀ ਨਹੀਂ ਮਾਰਦਾ ਪੰਜਾਬੀ ਬੰਦੀਆਂ ਨਾਲ, ਹਾਲਾਂਕਿ USA 'ਚ ਠੱਗੀਆਂ ਮਾਰਦੇ ਆ ਪਾਕਿਸਤਾਨ ਤੋਂ ਇੰਡੀਆ ਤੋਂ ਕੌਲਾਂ ਕਰ ਕਰਕੇ। ਇੱਥੇ ਮੈਂ ਜੋ ਵੀ ਸਾਡੇ ਦਰਸ਼ਕ ਸੁਣ ਰਹੇ ਆ ਵੀ ਜਿਹੜਾ ਕੋਈ ਤੁਹਾਡੇ ਨਾਲ ਠੱਗੀ ਮਾਰ ਰਿਹਾ, ਇੱਕ ਇੰਟਰਨੈਸ਼ਨਲ ਨੰਬਰ ਮਿਲ ਜਾਂਦਾ USA ਦੇ ਵਿੱਚੋਂ, ਉਹ USA ਦਾ ਨੰਬਰ ਯੂਜ਼ ਕਰਕੇ ਤੁਹਾਨੂੰ ਇੰਡੀਆ ਦੇ ਵਿੱਚ ਠੱਗ ਬੈਠ ਕੇ ਇੰਡੀਆ 'ਚ ਹੀ ਠੱਗੀਆਂ ਮਾਰਦੇ ਆ, ਕੋਈ ਉਹਨਾਂ ਦਾ USA ਨਾਲ, ਜੋ ਮੇਰੀ ਸੋਚ ਹੈਗੀ ਆ ਜਾਂ ਕਿਉਂਕਿ ਇੰਨਾ ਕੋਈ ਵਕਤ ਨਹੀਂ ਹੈਗਾ, ਸੋ ਇਹ ਸਾਰੇ ਜਿਹੜੇ ਠੱਗੀਆਂ ਮਾਰਦੇ ਆ ਇੰਡੀਆ ਦੇ ਵਿੱਚ ਹੀ ਬੈਠੇ, ਜਿੱਦੇ ਪਰਦਾ ਫਾਸ ਹੋਇਆ ਭਾਅ ਜੀ ਤੁਹਾਡੇ ਪੈਸੇ ਇੰਡੀਆ ਦੇ ਵਿੱਚੋਂ ਹੀ ਮਿਲਣੇ ਆ, ਅਤੇ ਜੇ ਪੁਲਿਸ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕਰਦੀ ਅਤੇ ਇੰਡੀਆ ਦੇ ਵਿੱਚ ਬੈਠ ਕੇ ਠੱਗੀ ਮਾਰਦੇ ਆ, ਤੁਹਾਨੂੰ ਇਹ ਵਹਿਮ ਆ ਵੀ USA 'ਚੋਂ ਮਾਰੀ ਠੱਗੀ ਉਹਨਾਂ ਨੇ। ਬਿਲਕੁਲ, ਪਰ ਇਹ ਕੰਪਲੇਂਟ ਇਸ ਚੀਜ਼ ਦੇ ਵਿੱਚ ਇਹਨਾਂ ਨੂੰ ਦਰਜ ਕਰਨੀ ਚਾਹੀਦੀ ਹੈ ਨਾ ਕਿ ਅਸੀਂ ਕੰਪਲੇਂਟ ਦਰਜ ਕਰੀਏ, ਤੇ ਜਿਹੜੇ ਵਾਲਟ ਐਡਰੈਸ ਦਿੰਦੇ ਆ, ਫੋਨ ਨੰਬਰ ਦਿੰਦੇ ਆ, ਇਹਨਾਂ ਦੇ ਇਹਨਾਂ ਕੋਲ ਤਾਂ ਸਾਰਾ ਰਿਕਾਰਡ ਨਿਕਲ ਜਾਂਦਾ ਜੀ, IP ਐਡਰੈਸ ਵਗੈਰਾ ਸਭ ਕੁਝ ਹੁੰਦਾ। ਬਿਲਕੁਲ ਭਾਜੀ, ਇਹਨਾਂ ਦੇ ਤਾਂ ਚਿੱਠਾ ਨਿਕਲ ਜਾਂਦਾ, ਪਰ ਇਹ ਕਰਕੇ ਰਾਜ਼ੀ ਨਹੀਂ ਹੈਗੇ। ਆਪਾਂ ਬਹੁਤ ਲਾਹਨਤਾਂ ਪਾਉਂਦੇ ਆ, ਗਰੀਬ ਬੰਦੇ ਰਗੜੇ ਜਾਂਦੇ ਆ, ਬਿਲਕੁਲ ਪੰਜਾਬ ਦੀ ਪੁਲਿਸ ਜਾਂ ਆਪਾਂ ਇੰਡੀਆ ਦੀ ਪੁਲਿਸ ਕਹਿ ਦਿੰਦੇ ਹਾਂ ਕਰਕੇ ਕੁਝ ਨਹੀਂ ਰਾਜ਼ੀ, ਸ਼ਰੇਆਮ ਅਸੀਂ ਕਹਿੰਦੇ ਹਾਂ, ਕਿਉਂਕਿ ਇਹ ਲਾਰੇ ਲੱਪੇ ਲਾ ਦਿੰਦੇ ਆ, ਨਾ ਕੋਈ ਸਾਈਬਰ ਸਿਕਿਉਰਿਟੀ ਪੂਰਾ ਐਕਟਿਵ ਹੈਗਾ, ਲੋਕ ਲੁੱਟੇ ਪੁੱਟੇ ਜਾ ਰਹੇ ਆ, ਕੁਝ ਨਹੀਂ ਕਰਕੇ ਰੱਖੀ। ਜੇ ਫੜਨਾ ਹੋਵੇ ਤਾਂ ਇਹਨਾਂ ਨੇ ਇੱਕ ਮੰਤਰੀ ਸੀਗਾ, ਮੰਤਰੀ ਦੇ ਖਾਤੇ 'ਚੋਂ, ਪੰਜਾਬ ਦਾ ਹੀ ਮੰਤਰੀ ਸੀ ਨਵਜੋਤ ਕੌਰ ਦੀ, ਹਾਂ, ਅਤੇ ਉਹ ਉਹਨਾਂ ਨੇ 10 ਘੰਟੇ 'ਚ ਪੈਸੇ ਪੂਰੇ ਕਰਾਤੇ ਸੀਗੇ, ਅਤੇ ਜੇ ਆਮ ਲੋਕਾਂ ਦੇ ਤਾਂ ਇੰਨੇ ਇੰਨੇ ਪੈਸੇ ਜਾਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਗੇਮਾਂ ਹੈਗੀਆਂ, ਫੜਨ ਨੂੰ ਫੜਨ ਫੜ ਸਕਦੇ ਆ, ਪਰ ਹੁਣ ਤੁਸੀਂ ਇਹ ਲਾਣ ਤਾਂ ਪਾਓ। ਮੈਂ ਤਾਂ ਕਹਿਣਾ ਵੱਧ ਤੋਂ ਵੱਧ ਅਸੀਂ ਜਿਹੜੀਆਂ ਸਪੈਮ ਵਾਲੀਆਂ ਵੀਡੀਓ ਪਾਇਆ ਕਰਨੀਆਂ, ਇਸੇ ਰਿਲੇਟਡ ਹੀ ਪਾਇਆ ਕਰਨੀਆਂ ਵੀ ਕਿਸੇ ਗਰੀਬ ਦੇ ਪੈਸੇ ਜੇ ਜਾਂਦੇ ਹੈਗੇ ਤਾਂ ਉਹਨੂੰ ਵਾਪਸ ਆ ਜਾਣ, ਅਤੇ ਇਹ ਪੁਲਿਸ ਨੂੰ ਕੰਪਲੇਂਟ ਤੁਸੀਂ ਜ਼ਰੂਰ ਕਰੋ, ਤੁਸੀਂ ਆਹ ਵੀਡੀਓ ਵੀ ਦਿਖਾਓ ਵੀ ਅਸੀਂ ਹੁਣ ਉੱਥੋਂ ਦੇ ਚੈਨਲ ਨਾਲ ਵੀ ਕੰਟੈਕਟ ਕੀਤਾ, ਉੱਥੋਂ ਦੇਖੋ ਤੁਸੀਂ ਸਾਨੂੰ ਨੰਬਰ ਲਿਖਾ ਦਿਓ, ਜਿਹੜਾ ਵੀ ਨੰਬਰ ਸਾਨੂੰ ਬੋਲ ਦਿਓ, ਇੱਕ ਵਾਰੀ ਅਸੀਂ ਜਾਂਚ ਪੜਤਾਲ ਕਰ ਲਾਂਗੇ। 100% ਸਿਕਿਉਰਿਟੀ ਦੇ ਨਾਲ ਕਹਿ ਸਕਦੇ ਹਾਂ ਵੀ ਇਹ ਜਿਹੜੇ ਸਪੈਮਰ ਹੋਣਗੇ, ਇਹ ਸਕੈਮਰ ਹੋਣਗੇ, ਇਹ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਹੀ ਹੋਣਗੇ। ਅੱਛਾ ਸਰ, ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ, ਮੈਂ ਨਾ 4 ਮਹੀਨੇ ਪਹਿਲਾਂ ਮੈਨੇ ਮੇਲ ਵਗੈਰਾ ਕੀਤੇ ਸੀਗੇ ਜੀ ਬੋਸਟਨ ਮਾਸਾਚੁਸੈਟਸ ਦੇ ਵਿੱਚ, ਜਿਹੜਾ ਇਹਨਾਂ ਦੀ ਸਟੇਟ ਹੈ। ਠੀਕ ਹੈ ਜੀ। ਤੇ ਉੱਥੇ ਉਹਨਾਂ ਦੀ ਜਿਹੜੀ ਰਿਪਲਾਈ ਆਇਆ ਸੀਗਾ ਉਹਨਾਂ ਦੀ ਪੁਲਿਸ ਦਾ ਉੱਥੋਂ ਦੀ ਮੈਨੂੰ ਜਿਸ ਨੂੰ ਮੈਂ ਫਰੈਂਡ ਰਿਕੁਐਸਟ ਭੇਜੀ ਹੋਈ ਸੀਗੀ ਨਾਮ ਸੀਗਾ ਸਾਰਾ ਕੁਨੀਅਰ ਠੀਕ ਹੈ ਜੀ ਉਹ ਨਾ ਇਹਨਾਂ ਮੈਨੂੰ ਖੁਦ ਮੈਨੂੰ ਫੇਸਬੁੱਕ ਤੇ ਮੈਸੇਜ ਪਾ ਕੇ ਦੁਬਾਰਾ ਮੈਸੇਂਜਰ ਤੇ ਮੈਨੂੰ ਕਿਹਾ ਕਿ ਤੂੰ ਮੇਰੇ ਕੰਪਲੇਂਟ ਕੀਤੀ ਹੈ ਓਕੇ ਤੇ ਮੈਂ ਕ
ਮਿਆਮੀ ਦੇ ਵਿੱਚ ਦਫ਼ਤਰ ਹੈ, ਉਹਨਾਂ ਨੇ ਮੈਨੂੰ ਇਸ ਚੀਜ਼ ਦਾ ਐਡਰੈਸ ਦਿੱਤਾ ਸਾਰਾ। ਅੱਛਾ ਠੀਕ ਹੈ ਜੀ, ਕੀ ਐਡਰੈਸ ਦਿੱਤਾ? ਥੋੜ੍ਹਾ ਜਿਹਾ ਵੈਸੇ ਆਪਾਂ ਨੂੰ ਬੋਲਣਾ ਨਹੀਂ ਚਾਹੀਦਾ ਕਿਉਂਕਿ ਉਹਨਾਂ ਨੇ ਜਾਲੀ ਐਡਰੈਸ ਹੀ ਦਿੱਤਾ ਹੋਣਾ, ਪਰ ਮੈਂ ਤੁਹਾਨੂੰ ਦੱਸਾਂ ਵੀ ਜੇਕਰ ਤੁਸੀਂ ਉਹਨਾਂ ਨੇ ਕੰਪਲੇਂਟ ਦੀ ਗੱਲ ਕੀਤੀ ਹੈ ਨਾ, ਤਾਂ ਕੰਪਲੇਂਟ 'ਤੇ ਜੇ ਕੋਈ ਹਰਕਤ ਕੀਤੀ ਹੋਈ ਤਾਂ ਜਿਹੜੀ ਤੁਸੀਂ ਮੇਲ ਕੀਤੀ ਸੀ ਤਾਂ ਇਹ ਇੱਥੋਂ ਦੀ ਪੁਲਿਸ ਨੇ ਹੀ ਕੋਈ ਨਾ ਕੋਈ ਕਾਰਵਾਈ ਕੀਤੀ ਹੋਣੀ ਹੈ ਅਤੇ ਉਹਨਾਂ ਨੂੰ ਰਿਕੁਐਸਟ ਰਿਕੁਐਸਟ ਦਾ ਗੱਲਬਾਤ ਕੀਤੀ ਹੋਣੀ ਹੈ। ਸੋ ਇਹ ਵੀ ਹੋ ਸਕਦਾ ਤੁਹਾਨੂੰ ਫੇਕ ਐਡਰੈਸ ਦੇਤਾ ਹੋਵੇ ਜਾਂ ਕੁਛ ਕਰਤਾ ਹੋਵੇ, ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗਾ, ਜਿਹੜਾ ਸਾਈਬਰ ਸਿਕਿਉਰਿਟੀ ਹੈਗਾ, ਜਿਹੜੇ ਦੇਸ਼ ਦੇ ਤੁਸੀਂ ਨਾਗਰਿਕ ਹੋ, ਜਿਨ੍ਹਾਂ ਨੂੰ ਟੈਕਸ ਦਿੰਦੇ ਹੋ, ਉਹ ਦੇਸ਼ ਕਿਉਂ ਨਹੀਂ ਤੁਹਾਡੀ ਉਹ ਕਰ ਰਿਹਾ, ਪੁੱਛ ਪੜਤਾਲ ਕਰ ਰਿਹਾ? ਬਿਲਕੁਲ ਜੀ, ਠੀਕ ਹੈ ਜੀ। ਇੱਥੇ ਤੁਸੀਂ ਦੇਖੋ ਆਪਾਂ ਇੱਥੋਂ ਦੇ ਨਾਗਰਿਕਾਂ ਕਿਉਂ ਨਹੀਂ ਪੁੱਛ ਪੜਤਾਲ ਕਰ ਰਿਹਾ, ਇਹ ਕੁਐਸਚਨ ਬਣਦਾ। ਤੁਸੀਂ ਇੱਥੋਂ ਦੇ ਲੋਕ, ਇੱਥੋਂ ਨੂੰ ਮੇਲ ਕੀਤੀ, ਉਹਨਾਂ ਨੇ ਰਿਪਲਾਈ ਕੀਤਾ, ਬਿਲਕੁਲ ਤੁਸੀਂ ਇੱਥੋਂ ਦੇ ਨਾਗਰਿਕ ਵੀ ਨਹੀਂ ਹੈਗੇ, ਫਿਰ ਵੀ ਤੁਹਾਡਾ ਇੰਨਾ ਕੇਅਰ ਕੀਤੀ ਹੈਗੀ ਆ। ਸੋ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਭਾਅ ਜੀ, ਜੇਕਰ ਤੁਸੀਂ ਠੱਗੇ ਗਏ ਹੋ ਤਾਂ ਵੱਧ ਤੋਂ ਵੱਧ ਮੀਡੀਆ ਵਾਲਿਆਂ ਕੋਲ ਜਾਓ ਤਾਂ ਕਿ ਇਹਨਾਂ ਦੇ ਕੰਨ ਖੁੱਲ੍ਹਣ, ਇਹ ਜਿਹੜੇ ਬੰਦੇ ਸਾਈਬਰ ਵਾਲੇ ਨਹੀਂ ਫੜਦੇ ਇਹਨਾਂ ਬੰਦਿਆਂ ਨੂੰ, ਅਤੇ ਉਹਨਾਂ ਦੇ ਜੜ੍ਹ ਤੱਕ ਫੜਨ, ਅਤੇ ਉਹ ਆਈਡੀ ਦਾ ਤੁਸੀਂ ਪੂਰੀ ਤਰ੍ਹਾਂ ਪਰੂਫ ਦਿਖਾਓ ਜੀ। ਬਿਲਕੁਲ ਜੀ, ਹਾਂਜੀ। ਹੋਰ ਕੁਛ ਕਹਿਣਾ ਚਾਹੋ ਜੀ ਤੁਸੀਂ? ਮੈਂ ਸਰ ਸਿਰਫ ਇਹੀ ਕਹਿਣਾ ਚਾਹੁੰਦਾ, ਅਗਰ ਕੀ ਪਤਾ ਗੱਲ
ਜਾਂ ਤਾਂ ਕੰਪਨੀ ਵਾਕਈ ਬਾਹਰ ਦੀ ਹੈ, ਮੰਨ ਲਓ ਜੇ ਆਪਣਾ ਇੰਡੀਆ ਦੇ ਵਿੱਚ ਸਪੈਮ ਨਹੀਂ ਹੋਇਆ, ਬਾਹਰ ਤੋਂ ਕੋਈ ਸਪੈਮ ਹੋਇਆ, ਤਾਂ ਮੈਂ ਸਿਰਫ ਇਹ ਪੁੱਛ ਕੇ ਕਰਨਾ ਚਾਹੁੰਦਾ ਕਿ ਉਹ ਕੰਪਨੀ ਦਾ ਐਡਰੈਸ ਵਾਕਈ ਜੈਨੂਅਨ ਹੈ, ਜਿਹੜਾ ਉਹਨਾਂ ਨੇ ਫੋਨ ਨੰਬਰ ਦਿੱਤਾ ਵਾਕਈ ਉਹ ਜੈਨੂਅਨ ਹੈ, ਵੀ ਉਹ ਕਹਿੰਦੇ ਆ ਵੀ ਤੁਸੀਂ ਇੱਥੇ ਆ ਕੇ ਅਸੀਂ ਥਰਡ ਪਰਸਨ ਨੂੰ ਪੇਮੈਂਟ ਨਹੀਂ ਦਿੰਦੇ, ਅਸੀਂ ਸਿਰਫ ਤੁਹਾਨੂੰ ਹੀ ਪੇਮੈਂਟ ਦੇਵਾਂਗੇ, ਜੇ ਤੁਸੀਂ $800 ਹੋਰ ਜਮ੍ਹਾਂ ਕਰਾਉਂਦੇ ਹੋ ਤਾਂ ਤੁਹਾਡੀ ਪੇਮੈਂਟ ਤੁਹਾਡੇ ਅਕਾਊਂਟ 'ਚ ਆਏਗੀ, ਜੇ ਤੁਸੀਂ ਜਮ੍ਹਾਂ ਨਹੀਂ ਕਰਾਉਂਦੇ ਤਾਂ ਤੁਸੀਂ ਸਾਡੇ ਕੋਲ ਆ ਕੇ ਇੱਥੋਂ ਪੇਮੈਂਟ ਲੈ ਸਕਦੇ ਹੋ। ਜੀ ਭਾਅ ਜੀ, ਮੈਂ ਤੁਹਾਨੂੰ ਇੱਕ ਕਲੈਰਿਟੀ ਗੱਲ ਕਰ ਦਿੰਦਾ, ਬੜੀ ਤੱਥਾਂ ਦੀ ਗੱਲ ਆ, ਵੀ ਇੱਥੇ ਜਿਹੜੀ ਤੁਸੀਂ 24 ਲੱਖ ਦੀ ਗੱਲ ਕੀਤੀ ਆ, ਸਾਲ ਬੰਦਾ ਕੋਈ ਵੀ 24 ਲੱਖ ਦੇ ਪਿੱਛੇ ਇੰਨੀ ਭਕਾਈ ਨਹੀਂ ਮਾਰਦਾ, ਇੰਨੀਆਂ ਗੱਲਾਂ ਨਹੀਂ ਕਰਦਾ। ਇਹ ਗੱਲਾਂ ਕਰਨ ਵਾਲੇ ਜਿਹੜੇ ਬੰਦੇ ਛੱਡੇ ਹੁੰਦੇ ਆ, ਉਹ ਸਾਰੇ ਦੂਜੇ ਦੇਸ਼ਾਂ ਦੇ ਹੁੰਦੇ ਆ। ਸੋ ਇਹ ਇੱਥੇ ਕੋਈ ਇੰਨਾ ਵਿਹਲਾ ਨਹੀਂ ਹੈਗਾ, ਜਾਂ ਕੋਈ ਪੰਜਾਬੀ ਬੰਦੇ ਨੂੰ ਟਾਰਗੇਟ ਕਰੇ ਰੁਪਈਆਂ ਦੇ ਪਿੱਛੇ ਹੀ ਭੱਜੇ, ਜਿਹੜੇ ਬੰਦੇ ਨੂੰ ਇੱਥੇ ਡਾਲਰ ਬਣਦੇ ਰੁਪਈਆਂ ਦੇ ਪਿੱਛੇ ਕਿਉਂ ਭੱਜੂ ਅਗਲਾ? ਘੱਟੋ ਘੱਟ ਚਲੋ ਤੁਸੀਂ ਤਾਂ ਉਹਨਾਂ ਦੇ ਜਾਲ ਦੇ ਵਿੱਚ ਫਸ ਗਏ, ਅਤੇ ਘੱਟੋ ਘੱਟ ਉਹਨਾਂ ਨੇ 200-300 ਬੰਦੇ ਨੂੰ ਮਿਲਾਉਂਦੇ ਹੋਣੇ, ਤਾਂ ਕੋਈ ਇੱਕ ਬੰਦਾ ਫਸਦਾ ਹੋਣਾ, ਤਾਂ ਇੰਨੇ ਕੀ ਵਿਹਲੇ ਹੀ ਬੰਦੇ ਬੈਠੇ ਇੱਥੋਂ ਦੇ ਵੀ ਇੰਨੇ ਕੁ ਪੈਸਿਆਂ ਪਿੱਛੇ ਜਾਣਗੇ? ਇਸ ਸਾਲ ਦੇ ਵਿੱਚ ਮੈਂ ਘੱਟੋ ਘੱਟ 4-5 ਬੰਦਿਆਂ ਨੂੰ ਹੋਰ ਮਿਲਿਆ ਜਿਹਦੇ ਨਾਲ ਕੋਈ 12 ਲੱਖ ਦੀ ਠੱਗੀ ਹੋਈ ਹੈ, ਉਸਦੇ ਨਾਲ 8 ਲੱਖ ਦੀ ਠੱਗੀ ਹੋਈ ਹੈ, ਇਸੇ ਚੀਜ਼ਾਂ ਦੇ ਵਿੱਚ। ਜੀ ਭਾਅ ਜੀ, ਇਹੀ ਕਹਿੰਦੇ ਆ ਵੀ ਫੇਸਬੁੱਕ 'ਤੇ ਛੇਤੀ ਕਿਸੇ 'ਤੇ ਵਿਸ਼ਵਾਸ ਨਾ ਕਰੋ, ਇਹ ਚੀਜ਼ਾਂ ਬਹੁਤ ਜ਼ਿਆਦਾ ਖਤਰਨਾਕ ਹੋ ਰਹੀਆਂ। ਜੋ ਅਸੀਂ ਸਾਨੂੰ ਤੁਸੀਂ ਕੰਪਨੀ ਦਾ ਐਡਰੈਸ ਜਾਂ ਲਿਖਾਓ ਜਾਂ ਸਾਨੂੰ ਭੇਜ ਦੇਣਾ, ਤਾਂ ਕਿ ਅਸੀਂ ਵੀ ਆਪਣੇ ਲੈਵਲ 'ਤੇ ਉਹਨਾਂ ਨੂੰ ਲੱਭ ਸਕੀਏ, ਤੁਹਾਡੀ ਮਦਦ ਕਰ ਸਕੀਏ। ਅਤੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ, ਸਾਡੇ ਲੋਕਾਂ ਨੂੰ ਆਗਾਹ ਕਰਨ ਵਾਸਤੇ। ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਜਿਹੜੇ ਪੈਸੇ ਡੁੱਬੇ ਆ ਉਹ ਵਾਪਸ ਆ ਜਾਣ ਕਿਸੇ ਨਾ ਕਿਸੇ ਤਰੀਕੇ ਨਾਲ, ਅਤੇ ਕੋਸ਼ਿਸ਼ ਕਰਾਂਗੇ। ਤੁਸੀਂ ਸਾਡੇ ਨਾਲ ਜੁੜੇ ਵੇ ਹੈਗੇ ਆ, ਅਤੇ ਹੋਰ ਵੀ ਜੇ ਕੋਈ ਬੰਦਾ ਬਚ ਸਕਦਾ ਤਾਂ ਇਸ ਸਕੈਮਾਂ ਤੋਂ ਬਚ ਸਕੇ, ਅਤੇ ਅਸੀਂ ਤੁਹਾਡੀ ਇਹ ਜ਼ਰੂਰ ਮਦਦ ਕਰ ਸਕਦੇ ਹਾਂ ਵੀ ਸਾਡੀ ਵੀਡੀਓ ਵੀ ਤੁਸੀਂ ਜੇ ਫੈਲਾਉਣੀ ਤਾਂ 1-2 ਮੀਡੀਆ ਕੋਲ ਹੋਰ ਵੀ ਜਾਓ, ਤੁਸੀਂ ਦੱਸੋ ਵੀ ਸਾਡਾ ਸਾਈਬਰ ਸਕਿਉਰਿਟੀ ਇਹ ਜਿਹੜਾ ਸਾਨੂੰ ਸੁਣ ਨਹੀਂ ਰਿਹਾ ਗਾ, ਇਹ ਟਰੈਸ ਕਰਕੇ ਤੁਸੀਂ ਉਹਨਾਂ ਨੂੰ ਮੰਗ ਕਰੋ ਵੀ ਸਾਨੂੰ IP ਐਡਰੈਸ ਦੱਸੋ ਵੀ ਇਹ ਕਿੱਥੋਂ ਦਾ, ਐਗਜ਼ੈਕਟ ਲੋਕੇਸ਼ਨ ਦੱਸੋ, ਕਿਹਦੇ ਨਾਂ 'ਤੇ ਰਜਿਸਟਰ ਹੈਗਾ। ਇਹ ਤੁਸੀਂ ਆਪਦੇ ਮੰਗ ਸਕਦੇ ਹੋ ਉਹਨਾਂ ਤੋਂ, ਜਿਹੜੇ ਜਿਨ੍ਹਾਂ ਨੂੰ ਤੁਸੀਂ ਕੰਪਲੇਂਟ ਕਰਦੇ ਹੋ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਵੀ ਸਾਡਾ ਕੇਸ ਕਿੱਥੇ ਪਹੁੰਚਿਆ ਕਿੱਥੇ ਨਹੀਂ ਪਹੁੰਚਿਆ, ਤਾਂ ਤੁਸੀਂ ਇਹ ਜਿਹੜਾ ਖਹਿੜਾ ਹੈਗਾ ਅਦਾਲਤ ਤੱਕ ਲੈ ਕੇ ਜਾਓ, ਫਿਰ ਤੁਹਾਡਾ ਕਿਤੇ ਨਿਆਂ ਹੋਊਗਾ, ਅਤੇ ਬਾਹਰ ਵੱਧ ਤੋਂ ਵੱਧ ਰੌਲਾ ਪਾਓਗੇ ਤਾਂ ਫਿਰ ਹੀ ਤੁਹਾਨੂੰ ਕੋਈ ਨਾ ਸੁਣੂਗਾ। ਮੈਂ ਇਸ ਚੀਜ਼ ਦੇ ਵਿੱਚ ਨਾ ਸਰ, ਮੈਂ ਨਾ ਇੱਕ ਆਪਣੇ ਇੱਥੇ ਹੀ ਇੰਡੀਆ ਦੇ ਵਿੱਚ ਨਾ ਇੱਕ ਕੰਪਨੀ ਹੈ ਬੈਂਗਲੋਰ ਦੀ ਜੀ, ਤੇ ਮੈਂ ਗੂਗਲ ਤੋਂ ਨਾ ਮੈਨੇ ਸਾਈਬਰ ਸੈੱਲ ਨਾਲ ਜਿਵੇਂ ਕੰਪਨੀ 'ਚ ਮੈਂ ਉਹ ਕਰਨਾ ਚਾਹਿਆ, ਮੈਂ ਕਿਹਾ ਚਲੋ ਮੈਂ ਕੰਪਲੇਂਟ ਗੂਗਲ ਤੇ ਵੀ ਇੱਕ ਵਾਰੀ ਕਰਕੇ ਦੇਖਾਂ, ਤੇ ਮੈਂ ਲੀਗਲ ਫੋਰਮ ਨਾਮ ਤੋਂ ਕੰਪਨੀ ਖੁੱਲੀ ਸੀ ਗੂਗਲ ਦੇ ਵਿੱਚ ਜੀ, ਇੰਡੀਆ 'ਚ ਹੀ ਹੈ ਜੀ। ਇਹਨਾਂ ਨੇ ਨਾ ਕਹਿੰਦੇ ਜੀ 6,000 ਰੁਪਏ ਤੁਸੀਂ ਜਮ੍ਹਾਂ ਕਰਾਓ, ਤੇ ਸਾਡੇ ਸਾਰੇ ਲੀਗਲ ਇੰਡੀਆ ਦੇ ਵਿੱਚ ਲੀਗਲ ਫੋਰਮ ਦੇ ਨਾਮ ਤੇ ਸਾਡੀ ਕੰਪਨੀ ਚੱਲ ਰਹੀ ਹੈ, ਅਸੀਂ ਸਰਕਾਰੀ ਹਾਂ। ਅੱਛਾ ਜੀ, ਤੁਸੀਂ ਸਾਨੂੰ ਨਾ 5,900 ਰੁਪਏ ਜਮ੍ਹਾਂ ਕਰਵਾਓ, ਅਸੀਂ ਇਹਨਾਂ ਨੂੰ 6,000 ਇਵੇਂ ਕੁਛ ਨਾ ਜਮ੍ਹਾਂ ਕਰਾਇਆ ਅਕਾਊਂਟ ਦੇ ਵਿੱਚ ਇੰਡੀਆ ਦੇ ਵਿੱਚ ਹੀ ਬੈਠੇ ਜੀ ਜੀ। ਇਹਨਾਂ ਨੇ ਸਾਨੂੰ ਅਗਲੇ ਦਿਨ ਇਹਨਾਂ ਨੇ ਸਾਨੂੰ ਮੇਲ ਦੇ ਵਿੱਚ ਅਗਲੇ ਦਿਨ ਐਡਰੈਸ ਕੱਢ ਕੇ ਦਿੱਤਾ ਜੀ ਕਿ ਇਹ ਤੁਹਾਡੇ SSP ਆਫਿਸ ਦਾ ਨੰਬਰ ਹੈ, ਤੇ ਇੱਥੇ ਜਾ ਕੇ ਤੁਸੀਂ ਆਪਣਾ ਸਾਈਬਰ ਸੈੱਲ ਦੇ ਵਿੱਚ ਤੁਸੀਂ ਕੰਪਲੇਂਟ ਕਰਾਓ। ਮਤਲਬ ਜੀ ਜਿੰਨਾ ਕੋਲੇ ਤੁਸੀਂ ਪਹੁੰਚੇ ਸੀ ਉਹਨਾਂ ਨੇ ਤੁਹਾਡੇ ਨਾਲ ਠੱਗੀ ਮਾਰ ਲਈ, ਉਹਨਾਂ ਨੇ ਵੀ ਇਹੀ ਚੀਜ਼ ਕੀਤੀ ਜੀ ਅੱਗੇ। ਦੇਖੋ ਇੰਡੀਆ ਦੇ ਵਿੱਚ ਵੀ ਇਹੀ ਚੀਜ਼ ਹੋ ਰਹੀ। ਭਾਜੀ, ਇੰਡੀਆ ਦੇ ਵਿੱਚ ਹੈ ਕਿ ਆਹੀ ਤਾਂ ਹੈ, ਤੁਹਾਨੂੰ ਆਖਿਆ ਵੀ ਬੋਝ ਬੋਝ ਕੇ ਕਦਮ ਰੱਖੋ, ਇੱਕ ਕੋਈ ਬੰਦਾ ਚੱਜ ਦਾ ਪੜ੍ਹਿਆ ਲਿਖਿਆ ਉਹਦੀ ਸਲਾਹ ਜ਼ਰੂਰ ਲਿਆ ਕਰੋ, ਕਿਉਂਕਿ ਕਈ ਵਾਰੀ ਚੀਜ਼ਾਂ ਹੁੰਦੀਆਂ ਆਪਾਂ ਨੂੰ ਨਹੀਂ ਪਤਾ ਲੱਗਦੀਆਂ। ਸੋ ਸਲਾਹ ਉਹਨਾਂ ਚੀਜ਼ਾਂ ਦੀ ਜ਼ਰੂਰ ਲਿਆ ਕਰੋ। ਅਸੀਂ ਵੀ ਦੇਖੋ ਹੁਣ ਪਿੱਛੇ ਜਿਹੜੀ ਵੀਡੀਓ ਤੁਸੀਂ ਦੇਖੀ ਆ ਉਹ ਹੁਣ ਕਿਸੇ ਬੰਦਿਆਂ ਨਾਲ ਹੋਈ ਸੀ, ਅਸੀਂ ਫਿਰ ਆਪ ਕੀਤਾ, ਅਸੀਂ ਫਸੇ ਨਹੀਂ ਉਹਨਾਂ ਦੇ, ਸਾਨੂੰ ਪਤਾ ਸੀਗਾ ਵੀ ਕੀ ਉਹਨਾਂ ਨੇ ਗੇਮਾਂ ਖੇਡਣੀਆਂ। ਹੁਣ ਜਿਹੜੇ ਬੰਦੇ ਗੇਮਾਂ ਖੇਡਦੇ ਸੀਗੇ ਅਸੀਂ ਉਹਨਾਂ ਨੂੰ ਸੈਂਡ ਕੀਤਾ, ਤੇ ਉਹ ਤਾਂ ਚਜਗਾ ਆ ਗਏ ਵੀ ਸਾਡੀ ਪੋਲ ਖੁੱਲ ਰਹੀ ਆ। ਸੋ ਇਹ ਚੀਜ਼ਾਂ ਭਾਅ ਜੀ, ਤੁਸੀਂ ਜੇ ਤੁਹਾਨੂੰ ਨਈ ਚੀਜ਼ਾਂ ਪਤਾ ਲੱਗਦੀਆਂ ਤਾਂ ਕਿਸੇ ਪੜ੍ਹੇ ਲਿਖੇ ਬੰਦੇ ਤੋਂ ਜ਼ਰੂਰ ਪੁੱਛਿਆ ਕਰੋ ਜੀ। ਬਹੁਤ ਬਹੁਤ ਧੰਨਵਾਦ ਜੀ। ਜੇਕਰ ਤੁਹਾਡੀ ਕੋਈ ਗੱਲ ਨਹੀਂ ਵੀ ਸੁਣਦਾ ਤਾਂ ਸਾਨੂੰ ਕੋਈ ਵੀਡੀਓ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ, ਦੱਸ ਸਕਦੇ ਹੋ ਵੀ ਇਹ ਭਾਈ ਸਾਡੀ ਗੱਲ ਨਹੀਂ ਸੁਣ ਰਿਹਾ, ਸਾਡੀ ਕੰਪਲੇਂਟ ਨਹੀਂ ਦਰਜ ਕਰ ਰਿਹਾ, ਤਾਂ ਕਿ ਫਿਰ ਆਪਾਂ ਉਹਨਾਂ ਦੀ ਵੀ ਡਿਸਕਸ਼ਨ ਰੱਖ ਸਕਦੇ ਹਾਂ ਜੀ। ਹੋਰ ਕੁਝ ਕਹਿਣਾ ਚਾਹੁੰਦੇ ਤੇ ਜੀ? ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਜੀ, ਬਈ ਇਹਦੇ ਵਿੱਚ ਆਪਾਂ ਨੂੰ ਅਗਰ ਕੋਈ ਮੰਨ ਲਓ ਜੀ ਆਪਾਂ ਸਾਰੇ ਕਹਿੰਦੇ ਇੰਟਰਨੈਸ਼ਨਲ ਕੰਪਲੇਂਟ ਨਹੀਂ ਹੁੰਦੀ ਜਿਵੇਂ ਆਪਾਂ ਸਾਈਬਰ ਸੈੱਲ 'ਚ ਜਾਂਦੇ ਜੀ, ਇੰਟਰਨੈਸ਼ਨਲ ਕੰਪਲੇਂਟ ਕੋਈ ਤਰੀਕਾ ਹੋਵੇ ਕਿ ਕਿਸ ਤਰੀਕੇ ਹੁੰਦੀ ਹੈ, ਮੈਂ ਇਸ ਚੀਜ਼ ਬਾਰੇ ਪੁੱਛਣਾ ਚਾਹੁੰਦਾ ਜੀ। ਭਾਅ ਜੀ ਬਿਲਕੁਲ, ਜੀ ਤੁਹਾਡੀ ਕੰਪਲੇਂਟ ਬਿਲਕੁਲ ਹੋ ਸਕਦੀ ਆ। ਪਹਿਲਾਂ ਤੁਸੀਂ ਇੰਡੀਆ ਦੇ ਵਿੱਚ ਕੰਪਲੇਂਟ ਦਰਜ ਕਰਾਓ, ਜਦੋਂ ਤੁਹਾਡੇ ਕੋਲ ਇੰਡੀਆ ਦੇ ਵਿੱਚ ਕੰਪਲੇਂਟ ਦਰਜ ਹੋ ਗਈ, ਇੰਡੀਆ ਵਾਲੇ ਨੇ ਕੁਛ ਨਾ ਕੁਛ ਤੁਹਾਨੂੰ ਦਿੱਤੇ ਐਡਰੈਸ ਕੱਢ ਕੇ, ਜੇ ਤਾਂ ਤੁਹਾਡੇ ਵਾਕਈ ਹੀ ਸਾਈਬਰ ਸਿਕਿਉਰਿਟੀ ਨੇ ਜਿਹੜੇ IP ਐਡਰੈਸ ਦਿੱਤੇ ਹੈਗੇ ਆ ਫੋਰਨ ਦੇ ਵਿੱਚ, ਉਹ ਤਾਂ ਫਿਰ ਫੋਰਨ ਵਾਲੇ ਤੁਹਾਡੀ ਗੱਲ ਸੁਣਨਗੇ।
जे इंडिया वाले थोनू घर दे बंदे नहीं कोई बांह फड़ा रहे ते बाहरले बंदे क्यों बांह फड़ाउणगे तुसीं मैनूं एक तरीका सही दसो कि यह गल हैगी है कि नहीं जायज़ हैगी जदों थोड़ियां सारियां साइबर सिक्योरिटी ने थोनू देता आई पी एड्रैस कट के भी आ देश चो एवें एवें हो रहा जिहड़ी सरकार नूं तुसीं टैक्स दिंदे हो तो फिर जे तुसीं मेल पाओगे बाहरली जिहड़ी होगी पुलिस डिपार्टमेंट नूं तां उन्हां तों थोड़ा मिंट लाउणा सारियां चीज़ां कढ़न ते उन्हां नूं तां इहो जे बंदे बड़े साफ तरीके नाल काम करदे आ सो इह चीज़ां मैं तुहानूं कहिणा वी पहलां तुसीं घर दे जिहड़े बंदे जिन्हां नूं टैक्स पे करदे हो उन्हां नूं पहलां बांह खिचोगे तां फिर ही बाहरला बंदा सुनूगा हाँ तुसीं उन्हां नूं कंप्लेंट रजिस्टर कराओ उन्हां नाल कहो वी आई पी एड्रैस तां तुसीं कढ के देना मैनू की पता बाहर का कि कितना तुम आए ना कहो भी बाहर का कोई कितों का तुम आखो भी मेरे ना ठगी बजी तुम दसो भी कितों के है मैं उन्होंने बहुत पूछा जी पर कहते हैं जिम्मे बंद भजाने वाला काम करते हैं आवाज जगे कन्न खुलन सरकार दे जिहड़ी इंडिया दे विच बैठी है भी भाई थोड़े लोगों ना किन्नियां ठगियां वज रही इन्हां दा भी कोई समाधान करो जी बहुत बहुत धन्यवाद।